ਰਤਨ ਹੁਣ ਸਾਡੀ ਅਗਲੀ ਪ੍ਰਤੀਯੋਗੀ ਇਸ਼ਟਪ੍ਰੀਤ ਕੌਰ ਜੋ ਰੋਪੜ ਤੋਂ ਆਈ ਹੈ ਪਰਫਾਰਮੈਂਸ ਲਈ ਬਿਲਕੁਲ ਤਿਆਰ ਹੈ ਆਓ ਬੜੀ ਹੀ ਇਕਾਗਰਤਾ ਨਾਲ ਸ਼ਬਦ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ ਬੀਬੀ ਇਸ਼ਟਪ੍ਰੀਤ ਕੌਰ ਜੀ ਤੇ ਆਓ ਅਸੀਂ ਹੁਣ ਚੱਲਦੇ ਹਾਂ ਜੱਜਿਸ ਕੋਲ ਤੇ ਜਾਣਦੇ ਹਾਂ ਉਹਨਾਂ ਦੇ ਵਿਊਜ਼ ਇਸ ਸ਼ਬਦ ਬਾਰੇ ਬੇਟਾ ਜੀ ਤੁਸੀਂ ਸ਼ਬਦ ਗਾਇਆ ਦਰਬਾਰ ਸਾਹਿਬ ਦਾ ਜਥਾ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਉਹਨਾਂ ਦੀ ਰੀਤ ਹੈ ਸੁਰ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਾਇਆ ਆਨੰਦ ਵਿੱਚ ਪਰ ਆਨੰਦ ਦੇ ਨਾਲ ਸੁਰ ਵੀ ਜ਼ਰੂਰੀ ਹੈ ਜਿਹੜੇ ਉੱਪਰਲੇ ਸੁਰ ਨਾਨਕ ਨਾਮ ਰਾਰ ਸਭਨਾ ਤੇ ਵੱਡਾ ਉਹ ਸਾਡੇ ਸੁਰ ਨਹੀਂ ਲੱਗੇ ਡਡਨ ਸਭਨਾ ਮੈਂ ਅੱਗੇ ਆਣਵਾ ਇਹਨਾਂ ਚੀਜ਼ਾਂ ਦੇ ਸੁਰਾਂ ਦਾ ਧਿਆਨ ਰੱਖਣਾ ਤੁਸੀਂ ਇਹ ਪ੍ਰਤੀਯੋਗਤਾ ਕੀਰਤਨ ਦੇ ਬਾਣੀ ਦੇ ਨਾਲ ਰਾਗ ਰਤਨ ਸੁਰ ਦਾ ਵੀ ਬਹੁਤ ਧਿਆਨ ਰੱਖਣਾ ਹੈ ਤੁਸੀਂ ਪੂਰੀ ਤਰ੍ਹਾਂ ਪ੍ਰੈਕਟਿਸ ਨਹੀਂ ਕਰਕੇ ਆਈ ਹੈ ਪ੍ਰੈਕਟਿਸ ਕਰਕੇ ਇੱਕ ਪਲੇਟਫਾਰਮ ਬੜਾ ਵੱਡਾ ਹੈ ਤੁਹਾਨੂੰ ਬੱਚਿਆਂ ਨੂੰ ਦੇਖ ਕੇ ਪਤਾ ਨਹੀਂ ਕਿੰਨਿਆਂ ਕੁ ਘਰਾਂ ਦੇ ਵਿੱਚ ਹੋਰ ਬੱਚਿਆਂ ਨੂੰ ਲੱਗਣ ਲੱਗਣੀ ਹੈ ਨਾ ਜੀ ਸੋ ਇਸ ਕਰਕੇ ਅੱਗੋਂ ਤੋਂ ਚੰਗੀ ਤਰ੍ਹਾਂ ਪ੍ਰੈਕਟਿਸ ਕਰਕੇ ਆਉਣੀ ਹੈ ਬੇਟਾ ਇਹ ਬੜਾ ਵੱਡਾ ਬਹੁਤ ਵੱਡੀ ਇੱਕ ਕੰਪੀਟੀਸ਼ਨ ਹੋ ਰਿਹਾ ਹੈ ਜਿਸ ਵਿੱਚ ਤੁਹਾਨੂੰ ਐਨ ਫੁੱਲ ਫਲੈਜ ਪ੍ਰੈਕਟਿਸ ਦੀ ਲੋੜ ਸੋ ਇਸ ਕਰਕੇ ਤੁਸੀਂ ਨੈਕਸਟ ਟਾਈਮ ਜਦੋਂ ਵੀ ਆਓ ਬੀ ਪ੍ਰਿਪੇਅਰਡ ਫੋਰ ਦਿਸ ਠੀਕ ਹੈ ਇਹ ਬਾਕੀ ਇੱਕ ਬੇਟਾ ਹੋਰ ਗੱਲ ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਦੋ ਵਾਰ ਜਾਂ ਜਿੰਨੀ ਵਾਰੀ ਪਰਫੋਰਮੈਂਸ ਪਹਿਲਾਂ ਦਿੱਤੀ ਹੈ ਅਤੇ ਵਾਜੇ ਤੋਂ ਬਿਨਾਂ ਤੁਸੀਂ ਗਾਇਆ ਨਾ ਵਾਜੇ ਤੋਂ ਬਿਨਾਂ ਗਾਇਆ ਨਾ ਤਾਨਪੁਰੇ ਨਾਲ ਜਾਂ ਵੈਸੇ ਲਗਾ ਕੇ
ਤੇ ਪਰ ਅਸੀਂ ਤੁਹਾਨੂੰ ਇਹ ਕਹਿੰਦੇ ਸੀ ਵੀ ਤਾਨਪੁਰੇ ਦੇ ਨਾਲ ਗਾਉਣਾ ਠੀਕ ਹੈ, ਤੁਹਾਡੀ ਆਵਾਜ਼ ਬੈਲੈਂਸ ਨਹੀਂ ਸਹੀ, ਸੁਰ 'ਚ ਨਹੀਂ ਹੈਗੀ, ਸੁਰ ਹੋਰ ਕਿਸੇ ਰਾਗ 'ਚ ਚਲ ਜਾਂਦੇ ਜੋ ਤੁਸੀਂ, ਅਤੇ ਅਸੀਂ ਕਿਹਾ ਸੀ ਵਾਜੇ ਦਾ ਵੀ ਥੋੜ੍ਹਾ ਜਿਹਾ ਅਭਿਆਸ ਕਰਿਆ ਕਰੋ ਵਾਜੇ ਦੇ ਨਾਲ ਸੁਰ ਲਗਾ ਕੇ, ਅਤੇ ਤੁਸੀਂ ਵਾਜੇ ਦੇ ਨਾਲ ਵੀ ਗਾਇਆ ਕਰੋ, ਉਹਦੇ ਨਾਲ ਤੁਸੀਂ ਠੀਕ ਹੋ ਜਾਓ। ਲੇਕਿਨ ਅਸੀਂ ਤੁਹਾਨੂੰ ਇਹ ਨਹੀਂ ਕਹਿਣਾ ਚਾਹੁੰਦੇ ਵੀ ਤੁਸੀਂ ਤਾਨਪੁਰੇ ਨਾਲ ਨਾ ਗਾਓ ਜਾਂ ਤੰਤੀ ਛੱਡ ਦਿਓ, ਬਲਕਿ ਅਸੀਂ ਇੱਦਾਂ ਕਹਿਣਾ ਚਾਹੁੰਦੇ ਵੀ ਜਿਹੜੇ ਵਾਜੇ ਨਾਲ ਗਾਉਂਦੇ ਉਹ ਵੀ ਤਾਨਪੁਰੇ ਨਾਲ ਗਾਉਣ, ਉਹ ਵੀ ਤਾਨਪੁਰੇ ਨਾਲ ਗਾਉਣ, ਕਿਉਂਕਿ ਗਾਣਾ ਹੀ ਆਉਂਦਾ ਹੀ ਤਾਨਪੁਰੇ ਦੇ ਨਾਲ, ਗਾਣਾ ਆਉਂਦਾ ਹੀ ਤਾਂ ਆ ਜਦੋਂ ਅਸੀਂ ਉਹਨਾਂ ਸੁਰਾਂ ਨੂੰ ਲੱਭੀਏ ਜਿਹੜੇ ਸੁਰ ਸਾਨੂੰ ਨਜ਼ਰ ਨਹੀਂ ਆਉਂਦੇ, ਦਿਸਦੇ ਨਹੀਂ। ਲੇਕਿਨ ਤੁਹਾਡੀ ਪਤਾ ਨਹੀਂ ਮਜਬੂਰੀ ਹੈ ਕਿ ਤੁਸੀਂ ਹੁਣੇ ਹੀ ਸ਼ੁਰੂ ਕੀਤਾ ਆ ਗਾਣਾ, ਜਾਂ ਤੁਸੀਂ ਰਾਜ ਘੱਟ ਕੀਤਾ, ਜਾਂ ਤੁਸੀਂ, ਕਿਉਂਕਿ ਬਹੁਤਾ ਤਰ ਇੱਦਾਂ ਹੀ ਹੋਇਆ ਆ ਕਿ ਆਡੀਸ਼ਨਾਂ ਦੇ ਵਿੱਚ ਵੀ ਅਸੀਂ ਦੇਖਿਆ ਸੀ ਕਿ ਬੱਚੇ ਕਹਿੰਦੇ ਸੀ ਸਾਨੂੰ ਤਾਂ ਜੀ ਇੱਕ ਹੀ ਸ਼ਬਦ ਅਸੀਂ ਤਿਆਰ ਕਰਕੇ ਲਿਆਏ ਹਾਂ, ਅੱਜ ਹੀ ਸਿੱਖ ਕੇ ਆਏ ਹਾਂ, ਸਾਨੂੰ ਪਤਾ ਲੱਗਿਆ ਕਿ ਆਡੀਸ਼ਨਾਂ ਹੋ ਰਹੀਆਂ ਫਤਿਹ ਟੀ ਵੀ 'ਤੇ, ਤੁਸੀਂ ਸਾਡੇ ਸ਼ਹਿਰ ਆਏ ਹੋ। ਸਾਨੂੰ ਹੁਸ਼ਿਆਰਪੁਰ ਵੀ ਇੱਕ ਬੱਚੀ ਮਿਲੀ ਸੀ ਜਿਹੜੀ ਕਹਿੰਦੀ ਜੀ ਇੱਕੋ ਹੀ ਸ਼ਬਦ ਹੈਗਾ ਮੇਰੇ ਕੋਲ, ਇੱਕੋ ਹੀ, ਅਸੀਂ ਕਿਹਾ 2, 3, 4, 7, 10 ਨਹੀਂ, ਕਹਿੰਦੀ ਨਹੀਂ ਇੱਕੋ ਹੀ ਸਿੱਖਿਆ। ਤਾਂ ਉਹ ਕਈਆਂ ਬੱਚਿਆਂ ਨੇ ਤਾਂ ਆਡੀਸ਼ਨ ਦੇਖ ਕੇ ਹੀ ਸ਼ਬਦ ਸਿੱਖੇ ਸੀ, ਪਰ ਉਹਨਾਂ ਦੀ ਇਹ ਬਹਾਦਰੀ ਹੈ ਕਿ ਉਹਨਾਂ ਨੇ ਬਾਖੂਬੀ ਉਸ ਬੰਦਿਸ਼ਾਂ ਨੂੰ, ਸ਼ਬਦਾਂ ਨੂੰ ਗਾਇਆ, ਅਤੇ ਅਸੀਂ ਇੱਕ ਸ਼ਬਦ ਹੀ ਸੁਣ ਕੇ ਸਿਲੈਕਸ਼ਨ ਕਰ ਲਈ ਵੀ ਇਹ ਬੱਚਾ ਬਹੁਤ ਵਧੀਆ, ਇਹਦੀ ਆਵਾਜ਼ ਬਹੁਤ ਵਧੀਆ, ਇਹਦੀ ਤਾਨ ਵਧੀਆ ਹੈ। ਸੋ ਅੱਗੇ ਅੱਗੇ ਬੱਚਿਆਂ ਨੇ ਹੋਰ ਮਿਹਨਤ ਕਰਨੀ, ਉਹ ਤੁਹਾਡਾ ਫਰਜ਼ ਬਣਦਾ ਹੈ ਕਿ ਅਸੀਂ ਹੋਰ ਮਿਹਨਤ ਕਰੀਏ, ਅੱਗੇ ਰਿਆਜ਼ ਕਰਕੇ ਆਈਏ। ਸੋ ਇਹ ਤੁਸੀਂ ਰਿਆਜ਼ ਕਰੋ, ਮਿਹਨਤ ਕਰੋ, ਅਤੇ ਤਾਨਪੁਰੇ ਨਾਲ ਵੀ ਗਾਓ, ਅਤੇ ਹਾਰਮੋਨੀਅਮ ਦੇ ਕਦੀ ਕਦੀ ਸੁਰ ਲੱਭ ਕੇ ਉਹ ਪ੍ਰੈਕਟਿਸ ਕਰੋ ਪੂਰੀ ਤਰ੍ਹਾਂ, ਜਿਸ ਤਰ੍ਹਾਂ ਭਾਈ ਸਾਹਿਬ ਜੀ ਕਹਿ ਰਹੇ ਸਨ ਕਿ ਅੱਛੇ ਸੁਰ ਸਾਰੇ ਲੱਗਣੇ ਚਾਹੀਦੇ, ਜਿੱਥੇ ਜਿੱਥੇ ਆਵਾਜ਼ ਜਾਂਦੀ ਹੈ ਉਹ ਤਰਾ ਚੜਾ ਆਉਂਦੇ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਬਖੂਬੀ ਤਰੀਕੇ ਨਾਲ ਸਮਝੋ, ਸਮਝੋ, ਸਿੱਖੋ, ਫਿਰ ਗਾਓ ਧਿਆਨ ਦੇ ਨਾਲ, ਠੀਕ ਹੈ ਜੀ। ਸ਼ਾਬਾਸ਼, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਬੜਾ ਫਖਰ ਮਹਿਸੂਸ ਕਰਦੇ ਹਾਂ ਆਪਣੇ ਜੱਜ ਸਾਹਿਬਾਨ ਦੇ ਉੱਪਰ ਕਿ ਉਹ ਬੱਚਿਆਂ ਨੂੰ, ਜਿੱਥੇ ਬੱਚਿਆਂ ਦੀਆਂ ਤਾਰੀਫਾਂ ਕਰਦੇ ਨੇ ਉੱਥੇ ਬੱਚਿਆਂ ਨੂੰ ਗੁਣ ਵੀ ਦਿੰਦੇ ਨਾਲ ਦੇ ਨਾਲ, ਤਾਂ ਕਿ ਬੱਚੇ ਹੋਰ ਜ਼ਿਆਦਾ ਇੰਪਰੂਵ ਕਰ ਸਕਣ। ਸੋ ਬੱਚਿਆਂ ਨੂੰ ਚਾਹੀਦਾ ਹੈ ਕਿ ਜੋ ਤਾਰੀਫਾਂ ਦੇ ਜੋ ਫੁੱਲ ਮਿਲਦੇ ਨੇ ਉਹ ਵੀ ਆਪਣੀ ਝੋਲੀ ਪਾਉਂਦੇ ਜਾਣ, ਅਤੇ ਜੋ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਜੋ ਗਾਈਡੈਂਸ ਮਿਲਦੀ ਆ ਉਹ ਵੀ ਉਹ ਆਪਣੀ ਝੋਲੀ ਵਿੱਚ ਪਿਆਰ ਨਾਲ ਪਾਉਂਦੇ ਇੰਪਰੂਵ ਕਰਦੇ ਜਾਣ। ਸੋ ਇਸੇ ਤਰ੍ਹਾਂ ਇਹ ਜੋ ਸੰਗੀਤਿਕ ਜੋ ਮਾਹੌਲ ਹੈ ਬੜਾ ਆਨੰਦਮਈ ਹੋ ਚੁੱਕਾ ਆ, ਜੀ ਕਰਦਾ ਕਿ ਬੋਲਿਆ ਨਾ ਜਾਵੇ ਕੁਝ ਵੀ, ਸਿਰਫ ਸੁਣਿਆ ਜਾਵੇ। ਬੱਚਿਆਂ ਨੇ ਇੱਕ ਅਦੁੱਤੀ ਜੋ ਮਾਹੌਲ ਇੱਥੇ ਕ੍ਰੀਏਟ ਕੀਤਾ ਆ, ਬੱਚਿਆਂ ਨੇ, ਤੁਸੀਂ ਆਪ ਹੀ ਦੇਖਿਆ ਹੋਵੇਗਾ ਕਿ ਬੱਚਿਆਂ ਨੇ ਕਿੰਨੀਆਂ ਮਿਹਨਤਾਂ ਕੀਤੀਆਂ ਨੇ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਕਈ ਬੱਚਿਆਂ ਨੇ ਇੱਕ ਸ਼ਬਦ ਕੀਤਾ ਸੀ, ਪਰ ਉਹਨਾਂ ਨੇ ਉਹ ਬੱਚਿਆਂ ਨੇ ਹੁਣ ਮਿਹਨਤ ਕਰਕੇ ਪੂਰਾ ਰਿਆਜ਼ ਕਰਕੇ ਉਹ ਬੱਚਿਆਂ ਨੇ ਕਿੰਨੇ ਸ਼ਬਦ ਸਿੱਖ ਲਏ ਨੇ। ਬੱਚੇ ਦਿਨੋ ਦਿਨ ਸੁਰੀਲੇ ਹੁੰਦੇ ਜਾਂਦੇ ਨੇ ਕਿਉਂਕਿ ਰਿਆਜ਼ ਇਹੀ ਓਬਜੈਕਟਿਵ ਹੈ ਇਹਨਾਂ ਕੰਪੀਟੀਸ਼ਨਾਂ ਦਾ, ਇਹਨਾਂ ਮੁਕਾਬਲਿਆਂ ਦਾ, ਕਿ ਬੱਚੇ ਵੱਧਦੇ ਜਾਣ। ਸਿੱਖ ਦਾ ਮਤਲਬ ਇਹੀ ਹੈ ਕਿ ਸਿੱਖਦੇ ਜਾਣ, ਸਿੱਖੋ, ਬਸ ਸਿੱਖੀ ਜਾਓ, ਜ਼ਿੰਦਗੀ ਵਿੱਚ ਜੋ ਮਿਲਦਾ ਆ ਉਹਨੂੰ ਆਪਣੇ ਝੋਲੀ ਪਾਉਂਦੇ ਜਾਓ, ਸਿੱਖਦੇ ਜਾਓ। ਸੋ ਇਸੇ ਤਰ੍ਹਾਂ ਇਹ ਸਿਲਸਿਲਾ ਐਵੇਂ ਚੱਲਦਾ ਆ, ਅਤੇ ਹੁਣ ਸਾਡਾ ਅਗਲਾ ਪ੍ਰਤੀਯੋਗੀ ਹੈ ਅੰਮ੍ਰਿਤਸਰ ਤੋਂ। ਕੋ ਬਨਜ਼ਾਰੋ ਰਾਮ ਕੋ ਬਨਜ਼ਾਰੋ ਰਾਮ ਕੋ
ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਕਿ 24 ਘੰਟੇ ਗੁਰਬਾਣੀ ਦਾ ਪ੍ਰਵਾਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਚੱਲਦਾ ਆ, ਤਾਂ ਅਸੀਂ ਦੇਖ ਸਕਦੇ ਹਾਂ ਕਿ ਉਸ ਮਧੁਰ ਸੰਗੀਤਕ ਜੋ ਸਥਾਨ ਹੈ ਉਸਦੀਆਂ ਸੁਰੀਲੀਆਂ ਜੋ ਤਰੰਗਾਂ ਇਸ ਬੱਚੇ ਦੇ ਵਿੱਚ ਵੀ ਅਸੀਂ ਮਹਿਸੂਸ ਕਰ ਸਕਦੇ ਹਾਂ। ਬਹੁਤ ਹੀ ਪਿਆਰ ਨਾਲ ਆਪ ਜੀ ਨੂੰ ਬੜੇ ਜੋ ਰੀਤ ਜੋ ਸਟਾਈਲ ਹੈ ਉਸ ਵਿੱਚ ਆਪ ਜੀ ਨੂੰ ਬੜੇ ਪਿਆਰ ਨਾਲ ਸ਼ਬਦ ਸਰਵਣ ਕਰਵਾਇਆ। ਸੋ ਅਸੀਂ ਮਿਲਦੇ ਹਾਂ ਜੱਜ ਸਾਹਿਬਾਨ ਨਾਲ ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕੀ ਮਹਿਸੂਸ ਕਰ ਰਹੇ ਨੇ, ਕਿੰਨਾ ਆਨੰਦ ਉਹਨਾਂ ਨੂੰ ਆਇਆ ਬੱਚੇ ਦੇ ਪਰਫੋਰਮੈਂਸ ਤੋਂ। ਸੋ ਮਿਲਦੇ ਹਾਂ ਜੱਜ ਸਾਹਿਬਾਨ ਨਾਲ। ਹਾਂਜੀ ਜੋਧਵੀਰ ਸਿੰਘ ਜੀ, ਹਾਂਜੀ ਤੁਹਾਡੀ ਵਰਦੀ ਬੜੀ ਸੋਹਣੀ ਹੈ। ਸਭ ਤੋਂ ਪਹਿਲਾਂ ਤਾਂ ਇੱਥੋਂ ਸ਼ੁਰੂ ਕਰਦੇ ਹਾਂ, ਹੈਂ ਪੂਰੀ ਮੈਚਿੰਗ ਆਪ ਪੂਰਾ ਪੱਗ ਵੀ ਉਸ ਤਰ੍ਹਾਂ ਖਰੀਦੀ ਹੈ ਨਾ, ਕੱਪੜੇ ਵੀ ਚੰਗੀ ਗੱਲ ਹੈ, ਕਢਾਈ ਵੀ ਕੀਤੀ ਹੈ, ਪਰ ਗਲੇ ਦੇ ਅੰਦਰਲੀ ਕਢਾਈ ਵੀ ਚੰਗੀ ਹੈ ਨਾ, ਬਾਹਰੋਂ ਅੰਦਰੋਂ ਜੋਧ ਅਤੇ ਵੀਰ ਨਾ ਜਿਹੋ ਜਿਹਾ ਨਾ ਉਹੋ ਜਿਹਾ ਗਾਣਾ ਪੂਰਾ। ਸ਼ਾਹ ਸਾਹਿਬ ਜੀ ਮੇਰੇ ਕੋਲ ਬੈਠੇ, ਅਸੀਂ ਗੱਲ ਕਰ ਰਹੇ ਸੀਗੇ, ਬੜਾ ਗੱਜ ਵੱਜ ਕੇ ਗਾਇਕ ਪੰਜਾਬੀ 'ਚ ਨਾ ਵਰਡ ਹੈ, ਬੜਾ ਗੱਜ ਵੱਜ ਕੇ ਗਾਉਂਦਾ ਬੰਦਾ ਪੂਰਾ ਜ਼ੋਰ ਨਾਲ ਤਾਣ ਨਾਲ। ਇਸ ਕਰਕੇ ਸਾਨੂੰ ਤਾਂ ਬੜਾ ਮਜ਼ਾ ਆਇਆ, ਮੈਨੂੰ ਤਾਂ ਬੜਾ ਆਨੰਦ ਹੈ, ਬੜਾ ਹੀ ਸੋਹਣਾ ਤੁਸੀਂ ਕੀਰਤਨ ਕੀਤਾ। ਸਭ ਤੋਂ ਵੱਡੀ ਗੱਲ ਤੁਹਾਡੀ ਆਵਾਜ਼ ਵਿੱਚ ਬੜਾ ਫੋਰਸ, ਤੁਸੀਂ ਖੁੱਲ੍ਹੇ ਗਲੇ ਨਾਲ ਗਾਇਆ ਅਤੇ ਫੀਲਿੰਗ ਵੀ ਹੈ, ਰਸ ਵੀ ਆਵਾਜ਼ ਦੇ ਵਿੱਚ, ਸਮਝ ਵੀ ਹੈ, ਤਾਲ ਦੀ ਵੀ ਸਮਝ ਹੈ ਅਤੇ ਆਨੰਦ ਵੀ ਲੈ ਰਹੇ, ਕੀਰਤਨ ਦਾ ਰਸ ਵੀ ਨਾਲ ਨਾਲ ਆ ਰਿਹਾ, ਸਹਿਜ ਟਿਕਾ ਵੀ ਨਾਲ ਸੀ, ਸਾਰਾ ਕੁਝ ਇਕੱਠਾ ਹੀ ਹੋ ਗਿਆ। ਇਸ ਕਰਕੇ ਬਹੁਤ ਆਨੰਦ ਆਇਆ, ਬੱਚੇ ਹੋਰ ਮਿਹਨਤ ਕਰਨੀ ਹੈ, ਹੋਰ 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 ਸੁਰੀਲੇ ਬਣੋ। ਤੁਹਾਡੀ ਬੜੀ ਛੋਟੀ ਉਮਰ ਹੈ, ਕਿੰਨੇ ਸੁਰੀਲੇ ਕੀਰਤਨੀ ਬਣ ਸਕਦੇ ਤੁਸੀਂ ਦੇਖ ਲਓ, ਕਿੰਨਾ ਵੱਡਾ ਮੌਕਾ। ਹਾਂਜੀ ਕਿਉਂਕਿ ਮੇਰੇ ਕੋਲ ਕਈ ਐਸੇ ਵਿਦਿਆਰਥੀ ਵੀ ਹੁੰਦੇ ਨੇ ਜਿਨ੍ਹਾਂ ਦੀ ਉਮਰ 30-30 ਸਾਲ ਹੋ ਗਈ ਅਤੇ ਉਹ ਸਿੱਖਣ ਆਉਂਦੇ ਨੇ, ਅਤੇ ਕਈ ਵਾਰ ਮੇਰਾ ਵੀ ਮਨ ਉਦਾਸ ਹੋ ਜਾਂਦਾ ਜਦੋਂ ਕਹਿੰਦੇ ਨੇ ਕਿ ਸਾਨੂੰ ਮਤਲਬ ਅਸੀਂ ਚਾਹੁੰਦੇ ਹਾਂ ਇੱਕ ਤਾਂ ਰੁਜ਼ਗਾਰ ਸਾਡਾ ਬਣ ਜਾਵੇ, ਇੱਕ ਸਾਨੂੰ ਕੀਰਤਨ ਸਿਖਾ ਦਿਉ, ਅਸੀਂ 30 ਸਾਲ ਸਾਡੇ ਹੋ ਗਏ ਨੇ ਅਤੇ ਅਸੀਂ ਜੇ ਕੀਰਤਨ ਚੰਗੀ ਤਰ੍ਹਾਂ ਸਿੱਖ ਨਹੀਂ ਸਕੇ। ਐਸੇ ਵੀ ਆਉਂਦੇ ਨੇ, ਤੁਹਾਨੂੰ ਇਸ ਉਮਰ 'ਚ ਮਹਾਰਾਜ ਨੇ ਕੀਰਤਨ ਦਿੱਤਾ, ਹੋਰ ਮਿਹਨਤ ਕਰੋ ਤਗੜੇ ਹੋ ਕੇ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਯਾਦ ਆ ਗਈ, ਬਹੁਤ ਵਧੀਆ ਤੁਹਾਡੇ ਵਾਸਤੇ ਜੀ, ਕਹਿੰਦੇ ਵੀ ਜਿਸ ਤਰ੍ਹਾਂ ਕੋਈ ਵਿਦਿਆਰਥੀ ਗੁਣ ਵਿੱਚ ਤਰੱਕੀ ਕਰੇ ਅਤੇ ਆਪਣੇ ਆਪ ਨੂੰ ਆਪਣੇ ਅੰਦਰ ਮਹਿਸੂਸ ਕੀ ਕਰਦਾ, ਅਤੇ ਉਹਨੂੰ ਉਹਦੇ ਵਾਸਤੇ ਕਹਿੰਦੇ ਵੀ ਇੱਕ ਗੱਲ ਬੜੀ ਅਨਮੋਲ ਬਚਨ ਹੈ ਕਿ ਬੰਦੇ ਵਾਸਤੇ ਕੋਈ ਉਹਦੀ ਪਿੱਠ ਥੱਪ ਥਪਾਉਣ ਵਾਲਾ ਹੋਣਾ ਚਾਹੀਦਾ, ਸ਼ਾਬਾਸ਼ ਦੇਣ ਵਾਲਾ, ਅਤੇ ਹੋਣਾ ਕੌਣ ਚਾਹੀਦਾ, ਮਿੱਤਰ। ਅਤੇ ਮਿੱਤਰ ਅਸੀਂ ਕਿਹਨੂੰ ਬਣਾਈਏ, ਜਾਂ ਆਪਣੇ ਪਿਤਾ ਨੂੰ ਬਣਾ ਲਈਏ, ਜਾਂ ਆਪਣੀ ਮਾਤਾ ਨੂੰ ਬਣਾ ਲਈਏ, ਜਾਂ ਉਸਤਾਦ ਗੁਰੂ ਨੂੰ ਵੀ ਮਿੱਤਰ ਬਣਾ ਲਈਏ। ਕਹਿਣ ਤੋਂ ਭਾਵ ਇਹ ਕਿ ਉਹ ਮਿੱਤਰ ਬਣਾਈਏ ਜਿਹੜਾ ਸਭ ਸਾਡੀ ਪਿੱਠ ਥੱਪ ਥਪਾ ਕੇ ਆਖੇ ਵਾਹ ਵਾਹ, ਅਤੇ ਇੱਕ ਲੱਤ ਮਾਰਨ ਵਾਲਾ ਵੀ ਹੋਵੇ, ਉਹ ਸਾਡੇ ਔਗਣ ਕੱਢਣ ਵਾਲਾ ਵੀ ਹੋਵੇ, ਉਹ ਮਿੱਤਰ ਹੋਣਾ ਚਾਹੀਦਾ ਕਿ ਸਾਡੇ ਸ਼ਾਬਾਸ਼ ਵੀ ਦੇਣ ਵਾਲਾ ਹੋਵੇ ਅਤੇ ਸਾਡੇ ਔਗਣ ਵੀ ਦੱਸਣ ਵਾਲਾ ਹੋਵੇ। ਉਹ ਜਾਂ ਉਸਤਾਦ ਹੋ ਸਕਦਾ, ਜਾਂ ਪਿਤਾ ਹੋ ਸਕਦਾ, ਜਾਂ ਮਾਤਾ ਹੋ ਸਕਦੀ। ਅਤੇ ਤੁਸੀਂ ਇਹੋ ਜਿਹਾ ਮਿੱਤਰ ਬਣਾ ਕੇ ਹਮੇਸ਼ਾ ਰੱਖਣਾ ਵੀ ਜਿਹੜਾ ਮੇਰੇ ਔਗਣ ਵੀ ਦੱਸੇ ਅਤੇ ਗੁਣ ਵੀ ਦੱਸੇ। ਅਤੇ ਸ਼ਾਬਾਸ਼, ਹੋਰ ਮਿਹਨਤ ਕਰੋ, ਆਪਣੇ ਗਲੇ ਵਿੱਚ ਸੋਜ ਗਿਆਨ ਵਿੱਚ ਵਾਧਾ ਕਰੋ, ਹੋਰ ਬੰਦਿਸ਼ਾਂ ਸਿੱਖੋ, ਹੋਰ ਸ਼ਬਦ ਸਿੱਖੋ, ਤਰੱਕੀ ਕਰੋ, ਕਾਮਯਾਬੀ ਸਤਿਗੁਰੂ ਪਾਤਸ਼ਾਹ ਤੁਹਾਨੂੰ ਬਖਸ਼ੇ ਕਰੇ।
ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪੱਲੇ ਬੰਨਦੇ ਜਾਓ, ਲਵੇੜਦੇ ਜਾਓ ਜੋ ਗੱਲਾਂ ਤੁਹਾਨੂੰ ਮਿਲਦੀਆਂ ਨੇ। ਸੋ ਇਹ ਬੱਚਾ ਆ, ਮੈਨੂੰ ਯਾਦ ਆ ਗਿਆ ਇੱਕ ਗੱਲ। ਸੋ ਜਦੋਂ ਆਡੀਸ਼ਨਸ ਹੋਈਆਂ ਸੀ, ਸੋ ਇਸ ਬੱਚੇ ਨੇ ਅੰਮ੍ਰਿਤਸਰ ਦੀ ਜੋ ਆਡੀਸ਼ਨ ਸੀ ਉਹ ਮਿਸ ਕਰਤੀ ਸੀ, ਅਤੇ ਸਾਨੂੰ ਕਾਲ ਆਈ ਸੀ ਕਿ ਮੈਂ ਆਡੀਸ਼ਨ ਦੇ ਨਹੀਂ ਸਕਿਆ ਅਤੇ ਹੁਣ ਮੈਂ ਕੀ ਕਰਾਂ। ਅਤੇ ਫਿਰ ਅਸੀਂ ਕਿਹਾ ਵੀ ਹੁਣ ਜਿਹੜੀ ਆਡੀਸ਼ਨ ਹੈਗੀ ਆ, ਇਹ ਲਾਸਟ ਆਡੀਸ਼ਨ ਹੈ, ਉਹ ਹੈਗੀ ਬਠਿੰਡੇ। ਸੋ ਸਾਨੂੰ ਸੀ ਕਿ ਬਠਿੰਡੇ ਥੋੜ੍ਹਾ ਪਹੁੰਚੇਗਾ ਹੁਣ, ਵੀ ਕਿੱਥੇ ਅੰਮ੍ਰਿਤਸਰ ਅਤੇ ਕਿੱਥੇ ਬਠਿੰਡਾ, ਹੁਣ ਕੀ ਥੋੜ੍ਹਾ ਆਏਗਾ। ਤੋ ਅਸੀਂ, ਸਾਨੂੰ ਬੜੀ ਹੈਰਾਨੀ ਹੋਈ ਕਿ ਇਹ ਬੱਚਾ ਬਠਿੰਡੇ ਪਹੁੰਚ ਗਿਆ। ਉੱਥੇ ਇਸਨੇ ਆਡੀਸ਼ਨ ਦਿੱਤੀ ਅਤੇ ਉੱਥੇ ਬਹੁਤ ਸੋਹਣਾ ਗਾਇਆ। ਅਤੇ ਮੈਂ ਇੱਕ ਗੱਲ ਹੁਣ ਕਹਿ ਦੇਵਾਂ ਕਿ ਜੇ ਬੇਟਾ ਤੂੰ ਆਡੀਸ਼ਨ ਨਾ ਦਿੰਦਾ ਨਾ, ਤਾਂ ਅਸੀਂ ਬਹੁਤ ਸੁਰੀਲਾ ਇੱਕ ਬੱਚਾ ਮਿਸ ਕਰ ਦੇਣਾ ਸੀ, ਇੱਕ ਬਹੁਤ ਸੁਰੀਲਾ ਬੱਚਾ ਮਿਸ ਕਰ ਦੇਣਾ ਸੀ। ਬਹੁਤ ਵਧੀਆ ਖੁਸ਼ੀ ਹੁੰਦੀ ਆ, ਮਨ ਬਹੁਤ ਪ੍ਰਸੰਨ ਹੁੰਦਾ ਆ, ਬੋਲਣ ਨੂੰ ਜੀ ਨਹੀਂ ਕਰਦਾ ਪਰ ਬੋਲਣ ਨੂੰ ਬੜਾ ਜੀ ਕਰਦਾ ਵੀ ਕੀ ਕਹੀਏ ਅਤੇ ਕੀ ਨਾ ਕਹੀਏ। ਸੋ ਬਹੁਤ ਆਨੰਦ, ਬਹੁਤ ਹੀ ਆਨੰਦ। ਬੱਚਿਆਂ ਨੇ ਕੈਸਾ ਸੁਰੀਲਾ ਮਾਹੌਲ ਬਣਾਇਆ ਹੋਇਆ, ਆਨੰਦ 'ਤੇ ਆਨੰਦ ਆਈ ਜਾਂਦਾ ਆ, ਸੁਰੀਲੇ 'ਤੇ ਸੁਰੀਲੇ ਬੱਚੇ ਆ ਰਹੇ ਨੇ। ਸੋ ਆਓ ਅਸੀਂ ਹੁਣ ਮਿਲਦੇ ਹਾਂ ਇੱਕ ਹੋਰ ਬੜੇ ਹੀ ਸੁਰੀਲੇ ਬੱਚੇ ਦੇ ਨਾਲ, ਜੰਗ ਬਹਾਦਰ ਸਿੰਘ ਜੀ। ਸੋ ਦੇਖੋ, ਜੈਸੇ ਨਾਂ ਨੇ ਬੱਚਿਆਂ ਦੇ, ਉਹੋ ਜਿਹੇ ਕੰਮ ਵੀ ਨੇ। ਯੋਧਵੀਰ ਸਿੰਘ, ਕੈਸੇ ਸੁਰਾਂ ਦੇ ਯੋਧੇ। ਹੁਣ ਜੰਗ ਬਹਾਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਜੋ ਕਿ ਬਾਬਾ ਬਿਧੀ ਚੰਦ ਗੁਰਮਤ ਸੰਗੀਤ ਅਕੈਡਮੀ, ਜਿਨ੍ਹਾਂ ਨੇ ਕੱਲ੍ਹ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਸੀ। ਸੋ ਅਸੀਂ ਆਸ ਰੱਖਦੇ ਹਾਂ ਅਤੇ ਬੈਸਟ ਵਿਸ਼ਿਸ ਕਹਿੰਦੇ ਹਾਂ ਸਾਡੇ ਇਹਨਾਂ ਬੱਚਿਆਂ ਨੂੰ ਜਿਹੜੇ ਹੁਣ ਅੱਗੇ ਪਰਫੋਰਮ ਕਰਨਗੇ। ਸੋ ਬੜੇ ਹੀ ਪਿਆਰ ਦੇ ਨਾਲ, ਬੜੇ ਰਸ ਪੀਣੇ ਤਰੀਕੇ ਦੇ ਨਾਲ ਅਸੀਂ ਇਹਨਾਂ ਤੋਂ ਕੀਰਤਨ ਸਰਵਣ ਕਰੀਏ ਜੀ। ਸਾਡੇ ਨਾਲ ਐਵੇਂ ਬਣੇ ਰਹੋ। ਤੁਸੀਂ ਦੇਖ ਰਹੇ ਹੋ ਫਤਿਹ ਟੀਵੀ 'ਤੇ ਪ੍ਰੋਗਰਾਮ ਰਾਗ ਰਤਨ ਗੁਰਮਤਿ ਸੰਗੀਤ ਕੰਪੀਟੀਸ਼ਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਇੱਕ ਹੀ ਦੇਵਾ,
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਇਸ ਬੱਚੇ ਜੰਗ ਬਹਾਦਰ ਸਿੰਘ ਨੇ ਬੜੀ ਬਹਾਦਰੀ ਅਤੇ ਬੜੇ ਹੀ ਜੋਸ਼ ਨਾਲ ਸਾਨੂੰ ਸਾਰਿਆਂ ਨੂੰ ਸ਼ਬਦ ਸਰਵਣ ਕਰਵਾਇਆ ਹੈ। ਮੈਂ ਇੱਕ ਗੱਲੋਂ ਬੜੀ ਹੈਰਾਨ ਹਾਂ, ਇਹ ਬੱਚੇ ਬੜੇ ਬੇਖੌਫ ਹੋ ਕੇ ਅਤੇ ਬੜੇ ਹੀ ਕੌਨਫੀਡੈਂਸ ਨਾਲ ਸਾਡੇ ਗੁਰਮਤਿ ਸੰਗੀਤ ਦੇ ਮਹਾਨ ਜੋ ਜੱਜਿਸ ਨੇ, ਗੁਰਮਤਿ ਸੰਗੀਤ ਦੇ ਵੱਡੇ ਵੱਡੇ ਥੰਮ, ਇਹਨਾਂ ਸਾਹਮਣੇ ਬੜੇ ਬੇਖੌਫ ਹੋ ਕੇ ਗਾ ਰਹੇ ਨੇ। ਸੋ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਇਹਨਾਂ ਬੱਚਿਆਂ ਨੂੰ ਜੋ ਪਲੇਟਫਾਰਮ ਮਿਲਿਆ ਹੈ, ਬੱਚੇ ਉਸਦਾ ਲਾਭ ਉਠਾ ਰਹੇ ਹਨ। ਸੋ ਆਓ ਅਸੀਂ ਚੱਲਦੇ ਹਾਂ ਜੱਜਿਸ ਕੋਲ ਅਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਸਾਡੇ ਇਸ ਪ੍ਰਤੀਯੋਗੀ ਜੰਗ ਬਹਾਦਰ ਦੀ ਪਰਫਾਰਮੈਂਸ ਕਿਵੇਂ ਦੀ ਲੱਗੀ। ਵਾਹਿਗੁਰੂ ਜੀ, ਜੰਗ ਬਹਾਦਰ ਸਿੰਘ ਜੀ, ਵਾਹ ਵਾਹ, ਪਤਾ ਕੀ ਕਹਿ ਰਹੇ ਸਾਰੇ, ਕਹਿੰਦੇ ਬੇਖੌਫ ਹੋ ਕੇ ਗਾਇਆ। ਤੁਹਾਨੂੰ ਪਤਾ ਬੇਖੌਫ ਕਿੱਥੇ ਹੋਇਆ ਜਾਂਦਾ? ਜਦੋਂ ਸਤਿਗੁਰ ਦੀ ਬਾਣੀ ਪੜ੍ਹੀ ਦੀ ਹੈ ਨਾ, ਨਾਮ ਜਪੀ ਦਾ ਨਾ, ਉਦੋਂ ਬੇਖੌਫ ਹੋ ਜਾਈਦਾ। ਅਸੀਂ ਕੀਰਤਨ ਕਰ ਰਹੇ ਸੀ, ਬਿਲਕੁਲ ਤੁਹਾਡੇ ਚਿਹਰੇ ਦੇ ਉੱਪਰ ਕੋਈ ਇਹੋ ਜਿਹੀ ਗੱਲ ਨਜ਼ਰ ਨਹੀਂ ਆ ਰਹੀ ਸੀ, ਔਰ ਤੁਸੀਂ ਬੜੇ ਚਾਅ ਅਤੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਲਾਖੀ ਬਾਣੀ ਦੇ ਸ਼ਬਦ ਨੂੰ ਗਾਇਨ ਕੀਤਾ ਹੈ। ਨਾਲ ਨਾਲ ਤੁਸੀਂ ਕੰਪੀਟੀਸ਼ਨ ਦਾ ਵੀ ਧਿਆਨ ਰੱਖਿਆ, ਉਹਦੇ ਅੰਦਰ ਜਿਹੜੀਆਂ ਕੁਝ ਮਰਿਆਦਾ ਬਣਾਈਆਂ ਨੇ ਜੱਜ ਸਾਹਿਬਾਨ ਨੇ, ਉਹਦੇ ਅੰਦਰ ਰਹਿੰਦਿਆਂ ਤੁਸੀਂ ਸਾਰੀਆਂ ਸੁਰਾਂ ਨੂੰ ਸਮਝ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਨ ਕੀਤਾ, ਔਰ ਅਗਾਂਹ ਤੋਂ ਹੋਰ ਧਿਆਨ ਰੱਖਣਾ, ਜਿਹੜੀਆਂ ਛੋਟੀਆਂ ਮੋਟੀਆਂ ਕਮੀਆਂ ਰਹਿ ਜਾਂਦੀਆਂ ਨੇ ਉਹ ਵੀ ਪੂਰੀਆਂ ਕਰਕੇ, ਕਿਉਂਕਿ ਅੱਗੋਂ ਕੰਪੀਟੀਸ਼ਨ ਹੋਰ ਕਠਿਨ ਹੋਣ ਵਾਲਾ ਹੈ। ਸੋ ਇਸ ਕਰਕੇ ਇਹ ਨਹੀਂ ਲੈ ਕੇ ਚੱਲਣਾ ਵੀ ਅੱਜ ਜੇ ਆਪਾਂ ਅੱਗੇ ਨਿਕਲ ਗਏ ਹਾਂ ਅਤੇ ਉਸਨੂੰ ਢਿੱਲੇ ਪੈ ਜਾਣਾ। ਜੇ ਅੱਜ ਅੱਗੇ ਜਾ ਰਹੇ, ਜਿਹੜੇ ਵੀ ਬੱਚੇ ਅੱਗੇ ਜਾਣਗੇ, ਉਹਨਾਂ ਦੀ ਸਾਰਿਆਂ ਦਾ ਹੁਣ ਅੱਗੋਂ ਜਿਹੜਾ ਫਰਜ਼ ਹੋਣਾ ਉਹ ਹੋਰ ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਣੀ ਹੈ। ਇਸ ਕਰਕੇ ਤੁਸੀਂ ਜਿਵੇਂ ਅੱਜ ਸਾਰੇ ਵਧੀਆ ਪਰਫੋਰਮੈਂਸ ਦੇ ਰਹੇ ਹੋ, ਅਗਲੀ ਪਰਫੋਰਮ ਵਾਸਤੇ ਤੁਸੀਂ ਜਿਹੜੀ ਹੋਰ ਤਿਆਰੀ ਕਰਕੇ ਆਉਣਾ। ਤੁਸੀਂ ਬਹੁਤ ਵਧੀਆ ਗਾਇਆ, ਸਤਿਗੁਰ ਕਿਰਪਾ ਕਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾ